ਪੰਜਾਬ ਦੇ ਵਿੱਚ ਇੱਕ ਵਿਵਾਦਤ ਚਿਹਰਾ ਸੀ ਸ਼ਿਵ ਸੇਨਾ ਟਕਸਾਲੀ ਦਾ ਪ੍ਰਧਾਨ ਸੁਧੀਰ ਸੂਰੀ ਜਿਸ ਦਾ ਕਤਲ ਸ਼ਰਿਆਮ ਹੋਇਆ ਧਰਨਾ ਮੁਜ਼ਾਹਰਾ ਕਰਦੇ ਦੌਰਾਨ ਪਰ ਉਸ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਸਮੀਖਿਆ ਕਮੇਟੀ ਤੱਕ ਬਣਾਈ ਗਈ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਔਰ ਉਸ ਤੋਂ ਬਾਅਦ ਪਹਿਲਾਂ ਹੀ ਉਹਨਾਂ ਕੋਲ ਕਿੰਨੇ ਕਰੋੜਾਂ ਦੀ ਸਿਕਿਉਰਿਟੀ ਦਾ ਪੈਂਦਾ ਖਰਚਾ ਜਿਹੜਾ ਉਹ ਤਾਂ ਪੈ ਹੀ ਰਿਹਾ ਸੀ ਤੇ ਹੁਣ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦੀ ਜਾਨ ਨੂੰ ਧਿਆਨ ਵਿੱਚ ਰੱਖਦੇ ਆਂ ਪਿਛਲੇ ਰਿਕਾਰਡ ਨੂੰ ਧਿਆਨ ਵਿੱਚ ਰੱਖਦੇ ਹਾਂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੋਰ ਕਿਹੜੇ-ਕਿਹੜੇ ਲੀਡਰਾਂ ਨੂੰ ਸਿਕਿਉਰਿਟੀ ਦਿੱਤੀ ਗਈ ਔਰ ਸਿਕਿਉਰਿਟੀ ਦੇ ਨਾਲ-ਨਾਲ ਵਾਅਦਾ ਤੇ ਘਾਟਾ ਕਿੱਥੇ-ਕਿੱਥੇ ਕੀਤਾ ਗਿਆ ਔਰ ਬੁਲੇਟ ਪ੍ਰੂਫ ਜਿਹੜੀਆਂ ਜੈਕਟਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਕਿੰਨੇ ਕਰੋੜਾਂ ਦੇ ਵਿੱਚ ਆਖਰਕਾਰ ਇਹ ਅਖੌਤੀ ਲੀਡਰਾਂ ਦੀ ਸਿਕਿਉਰਿਟੀ ਹੈ ਜਿਹੜੀ ਉਹ ਪੰਜਾਬ ਨੂੰ ਪਹਿਰੀ ਹੈ ਪਹਿਲਾਂ ਹੀ ਪੰਜਾਬ ਦੇ ਬਹੁਤ ਮਸਲੇ ਨੇ ਜਿਹੜੇ ਇਸ ਕਰਕੇ ਪੂਰੇ ਨਹੀਂ ਹੋ پا ਰਹੇ ਕਿ ਪੰਜਾਬ ਦੇ ਉੱਤੇ ਬੋਝ ਬਹੁਤ ਹੈ ਕਰਜ਼ਾ ਬਹੁਤ ਹੈ ਪਰ ਇਸ ਤਰ੍ਹਾਂ ਦੇ ਹਰਕਤਾਂ ਕਰਨ ਵਾਲੇ ਵਿਵਾਦ ਦੇ ਵਿੱਚ ਰਹਿਣ ਵਾਲੇ ਵਿਵਾਦ ਨੂੰ ਆਪਣੇ ਗੱਲ ਸਹਿਹਿੜਨ ਵਾਲੇ ਉਹਨਾਂ ਅਖਾਤੀ ਲੀਡਰਾਂ ਨੂੰ ਫਿਰ ਸਿਕਿਉਰਿਟੀ ਦੇਣ ਦੀ ਲੋੜ ਕਿਉਂ ਹੈ ਆਖਰਕਾਰ ਇਸ ਦੇ ਉੱਤੇ ਸਵਾਲ ਕਰਾਂਗੇ ਪਰ ਸੁਰੱਖਿਆ ਤਾਂ ਹੋਰ ਨਾਲ ਗੱਲਾਂ ਦੇ ਵੀ ਹੋਣੀ ਚਾਹੀਦੀ ਹੈ ਲੋਕਾਂ ਦਾ ਰੋਟੀ ਕਪੜਾ ਮਕਾਨ ਸਿਹਤ ਸਹੂਲਤਾਂ ਸਿੱਖਿਆ ਇਸ ਦੀ ਸਿਕਿਉਰਿਟੀ ਕਿੱਥੇ ਆ ਇਹ ਇੱਕ ਅਹਿਮ ਸਵਾਲ ਹੈ ਪਰ ਅੱਜ ਇਸ ਰਿਪੋਰਟ ਦੇ ਜ਼ਰੀਏ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਅੰਕਣਿਆਂ ਦੇ ਉੱਤੇ ਝਾਤ ਮਾਰੀਏ ਤਾਂ ਸਿਕਿਉਰਿਟੀ ਪੈਂਦੀ ਕਿੰਨੇ ਵਿੱਚ ਹੈ ਬੁਲੇਟ ਪ੍ਰੂਫ ਜੈਕਟਾਂ ਨੇ ਜਿਹੜੀਆਂ ਉਹਨਾਂ ਸ਼ਿਵ ਸੈਨਾ ਆਗੂਆਂ ਨੂੰ ਦੇ ਦਿੱਤੀਆਂ ਗਈਆਂ ਨੇ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਜਿਨ੍ਹਾਂ ਦੇ ਵਿਵਾਦ ਬਹੁਤ ਜੁੜੇ ਹੋਏ ਨੇ ਚਾਹੇ ਉਹ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਰਹੇ ਹੋਣ ਜਾਂ ਆਪ ਹਿੰਸਾ ਕਰਨ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਹੋਵੇ ਜਾਂ ਫਿਰ ਬਕਵਾਸ ਬੋਲਣ ਦੇ ਰਿਕਾਰਡ ਤੋੜੇ ਹੋਣ ਉਹਨਾਂ ਨੇ ਉਹਨਾਂ ਸਾਰੇ ਲੀਡਰਾਂ ਨੂੰ ਹੁਣ ਬੁਲੇਟ ਪ੍ਰੂਫ ਜੈਕਟਾਂ ਵੀ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਮੁਹਈਆ ਕਰਵਾ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਵੇਖ ਲਈਆਂ ਹੋਣਗੀਆਂ ਔਰ ਅਸੀਂ ਗੱਲ ਕਰਾਂਗੇ ਹੁਣ ਇੱਕ ਇੱਕ ਕਰਕੇ ਕਿ ਆਖਰਕਾਰ ਪੰਜਾਬ ਦੇ ਵਿੱਚ ਸ਼ਿਵ ਸੈਨਾ ਦੀਆਂ ਕੱਲੀਆਂ ਜਥੇਬੰਦੀਆਂ ਸ਼ਿਵ ਸੈਨਾ ਦੇ ਨਾਮ ਦੇ ਉੱਤੇ ਬਣੀਆਂ ਹੋਈਆਂ ਕਿੰਨੀਆਂ ਨੇ ਉਸ ਦੇ ਵਿੱਚ ਲੀਡਰ ਕਿੰਨੇ ਨੇ ਜਿਨ੍ਹਾਂ ਨੇ ਸਿਕਿਉਰਟੀ ਲਈ ਹੋਈ ਹੈ ਔਰ ਇਹ ਸਿਕਿਉਰਟੀ ਉਹਨਾਂ ਨੂੰ ਕਿਸ ਪਰਪਸ ਦੇ ਲਈ ਦਿੱਤੀ ਗਈ ਹੈ ਤਾਂ ਜਿਹੜਾ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸਦੇ ਅਸਲੀ ਕਾਰਨ ਮੁੱਢ ਕੀ ਹੈ ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਚਾਨਣਾ ਪਾਵਾਂਗੇ ਸਭ ਤੋਂ ਪਹਿਲਾਂ ਇੱਕ ਅੰਕੜੇ ਤੇ ਝਾਤ ਮਾਰੀਏ ਤਾਂ 30 ਤੋਂ ਵੱਧ ਅਜਿਹਾਂ ਜਥੇਬੰਦੀਆਂ ਨੇ ਜਿਹੜੀਆਂ ਧਰਮ ਦੇ ਨਾਂ ਦੇ ਉੱਤੇ ਬਣਾਈਆਂ ਗਈਆਂ ਨੇ ਤੇ ਉਹਨਾਂ ਦੇ ਨਾਮ ਦੇ ਨਾਲ ਜੋੜ ਲਿਆ ਗਿਆ ਸ਼ਿਵ ਸੈਨਾ ਕੋਈ ਸ਼ਿਵ ਸੈਨਾ ਪੰਜਾਬ ਹੈ ਕੋਈ ਸ਼ਿਵ ਸੈਨਾ ਹਿੰਦੁਸਤਾਨ ਹੈ ਕੋਈ ਸ਼ਿਵ ਸੈਨਾ ਰਾਸ਼ਟਰਵਾਦ ਹੈ ਕੋਈ ਸ਼ਿਵ ਸੈਨਾ ਟਕਸਾਲੀ ਹੈ ਕੋਈ ਸ਼ਿਵ ਸੈਨਾ ਬਾਲ ਠਾਕਰੇ ਹੈ ਕੋਈ ਸ਼ਿਵ ਸੈਨਾ ਕਿਸੇ ਹੋਰ ਆਦ ਆਦ ਨਾਮ ਦੇ ਉਧਾਰ ਦੇ ਉੱਤੇ ਬਣਾਈ ਗਈ ਹੈ ਤਾਂ ਇਹਨਾਂ ਨੂੰ ਚਲਾਉਣ ਵਾਲੇ ਉਹ ਲੀਡਰ ਆਖਰਕਾਰ ਕਿਸ ਦੇ ਇਸ਼ਾਰੇ ਤੇ ਚੱਲਦੇ ਨੇ ਕਿ ਕਿ ਉਹਨਾਂ ਦੀ ਆਪਣੀ ਬੁੱਧੀ ਕੰਮ ਕਰਦੀ ਐ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਲਈ ਜਾਂ ਫਿਰ ਚਾਬੀ ਕਿਸੇ ਹੋਰ ਪਾਸਿਓਂ ਭਰੀ ਜਾਂਦੀ ਐ ਪਰ ਇਹ ਭਰੀ ਗਈ ਚਾਬੀ ਸਮਾਜ ਦੇ ਵਿੱਚ ਕਿੰਨੀ ਗੜਬੜ ਪੈਦਾ ਕਰਦੀ ਐ ਆਮ ਲੋਕ ਜਿਹੜੇ ਸ਼ਾਂਤੀ ਪਸੰਦ ਲੋਕ ਨੇ ਉਹਨਾਂ ਦੀ ਸ਼ਾਂਤੀ ਕਿੰਨੀ ਭੰਗ ਕਰਦੀ ਐ ਇਹ ਬਹੁਤ ਵੱਡਾ ਸਵਾਲ ਐ ਇਸ ਗੰਭੀਰਤਾ ਦੇ ਨਾਲ ਸਮਝਣ ਦੀ ਵੀ ਲੋੜ ਐ ਕਿ ਆਖਰਕਾਰ ਇਹਨਾਂ ਨੂੰ ਹੀ ਸਿਕਿਉਰਿਟੀ ਦੇਣ ਦੀ ਲੋੜ ਕਿਉਂ ਐ ਪਰ ਸੁਦੀਰ ਸੂਰੀ ਦਾ ਜਦੋਂ ਦਾ ਕਤਲ ਹੋਇਆ ਇਸ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਚਰਚਾਵਾਂ ਨੇ ਇੱਕ ਉਹ ਧਿਰ ਹੈ ਜਿਹੜੀ ਕਹਿ ਰਹੀ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਬੋਲੇਗਾ ਜੋ ਬਕਵਾਸ ਕਰੇਗਾ ਉਹ ਆਪਣੇ ਕੀਤੇ ਦੀ ਸਜ਼ਾ ਵੀ ਪਾਲ ਲਵੇਗਾ ਭੁਗਤ ਲਵੇਗਾ ਦੂਜੇ ਕਹਿੰਦੇ ਨੇ ਕਿ ਠੀਕ ਹੈ ਇਸ ਤਰ੍ਹਾਂ ਦੀ ਬਕਵਾਸ ਕਰਨ ਵਾਲੇ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਉਹ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਨਹੀਂ ਕਾਨੂੰਨ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ ਇਸ ਦਾ ਜਵਾਬ ਮੋੜ ਆਉਂਦਾ ਹੈ ਕਿ ਕਾਨੂੰਨ ਆਖਰਕਾਰ ਸਹੀ ਕੰਮ ਕਿੱਥੇ ਕਰ ਰਿਹਾ ਕਿ ਅਡੀਕ ਕੀਤੀ ਜਾਵੇ ਇਹ ਤਰ੍ਹਾਂ ਨਿਆ ਚਰਚਾਵਾ ਚਲਦੇ ਆ ਚਲਦੇ ਆ ਨਤੀਜਾ ਕੁਝ ਵੀ ਹਾਲੇ ਨਹੀਂ ਨਿਕਲ ਰਿਹਾ ਦੋਵਾਂ ਪਾਸਿਓਂ ਇਥੋਂ ਤੱਕ ਕਿ ਜਿਹੜੀ ਬਹਿਸ ਹੈ ਲਗਾਤਾਰ ਵੱਧਦੀ ਜਾਂਦੀ ਹੈ ਹੁਣ ਕੱਲੀ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਆਮ ਲੋਕ ਨੇ ਜਿਹੜੇ ਜਿਹੜੇ ਸ਼ਾਂਤੀ ਪਸੰਦ ਨੇ ਉਹ ਤਾਂ ਇਸ ਮਸਲੇ ਦੇ ਉੱਤੇ ਗੱਲ ਤੱਕ ਕਰਨਾ ਵੀ ਠੀਕ ਨਹੀਂ ਸਮਝਦੇ ਪਰ ਉਹਨਾਂ ਨੂੰ ਚਿੰਤਾ ਜ਼ਰੂਰ ਹੈ ਇਸ ਮਸਲੇ ਦੀ ਇਸ ਗੱਲ ਦੀ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੋ ਮਾਹੌਲ ਪੰਜਾਬ ਦੇ ਵਿੱਚ ਹੌਲੀ ਹੌਲੀ ਕਰਕੇ ਪਖਾਇਆ ਜਾ ਰਿਹਾ ਹੈ ਇਸ ਦੇ ਪਿੱਛੇ ਕੀ ਵੋਟ ਬੈਂਕ ਹੈ ਇਸ ਦੇ ਪਿੱਛੇ ਕੀ ਆਰਥਿਕ ਤੌਰ ਦੇ ਉੱਤੇ ਮਜਬੂਤ ਨੇ ਜਿਹੜੇ سرمایہਦਾਰ ਘਰਾਣੇ ਉਹ ਚਾਹੁੰਦੇ ਨੇ ਕਿ ਗੜਬੜ ਪੈਦਾ ਹੋਈ ਰਵੇ ਅਸੀਂ ਆਪਣੇ ਮੁਨਾਫਿਆਂ ਦੇ ਨਾਲ ਆਪਣੇ ਢਿੱਡ ਭਰਦੇ ਰਹੀਏ ਤੇ ਲੋਕ ਨੇ ਜਿਹੜੇ ਉਹ ਭੁੱਖਮਰੀ ਦਾ ਸ਼ਿਕਾਰ ਹੁੰਦੇ ਰਹਿਣ ਗੁਰਬੱਧ ਦੀ ਜ਼ਿੰਦਗੀ ਜਿਉਂਦੇ ਰਹਿਣ ਇਹ ਸਾਰੀਆਂ ਗੱਲਾਂ ਨੇ ਪਰ ਹੁਣ ਗੱਲ ਕਰਾਂਗੇ ਕਿ ਜਿਹੜੀ ਇਹ ਸਿਕਿਉਰਿਟੀ ਦੇ ਨਾਂ ਦੇ ਉੱਤੇ ਪਹਿਲਾਂ ਬੁਲੇਟ ਪ੍ਰੂਫ ਜਿਹੜੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਪੰਜਾਬ ਦੇ 2.5 300 ਕਿਲੋਮੀਟਰ ਦੇ ਦਾਇਰੇ ਵਿੱਚ ਘੁੰਮਣ ਜਾਂ ਫਿਰ ਦੇਸ਼ ਦੀ ਰਾਜਧਾਨੀ ਦਿੱਲੀ ਦਾ ਜਿਹੜਾ ਲਾਉਣ ਤਾਂ ਸਰਕਾਰੀ ਖਰਚੇ ਦੇ ਵਿੱਚੋਂ ਤੇਲ ਪਾਇਆ ਜਾਂਦਾ ਉਸ ਦਾ ਕਰੋੜਾ ਰੁਪਏ ਖਰਚਾ ਹੈ ਜੇ ਉਸ ਦਾ ਅਨੁਮਾਨ ਹਾਲੇ ਨਾ ਵੀ ਲਾਇਆ ਜਾਵੇ ਤਾਂ ਕੱਲਾ ਖਰਚਾ ਜਿਹੜਾ ਇੱਕ ਬੁਲੇਟ ਪ੍ਰੂਫ ਜੈਕਟ ਤੇ ਉਹ ਆਮ ਤੌਰ ਤੇ ਦੱਸਿਆ ਜਾਂਦਾ ਚਾਹੇ ਆਨਲਾਈਨ ਚੈੱਕ ਕਰ ਲਵੋ ਚਾਹੇ ਬੁਲੇਟ ਪ੍ਰੂਫ ਜੈਕਟ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਸੰਪਰਕ ਕਰ ਲਵੋ 30000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਆਮ ਹੈ ਜਿਹੜੀ ਬੁਲੇਟ ਪ੍ਰੂਫ ਜੈਕਟ ਹੈ ਉਸ ਦਾ ਰੇਟ ਜਿਹੜਾ ਤੈ ਕੀਤਾ ਜਾਂਦਾ ਕੀਮਤ ਤੈ ਕੀਤੀ ਜਾਂਦੀ ਹੈ ਜੇਕਰ ਇਹਨਾਂ ਲੀਡਰਾਂ ਦੇ ਵਿੱਚੋਂ 10 ਨੂੰ ਵੀ ਬੁਲੇਟ ਪ੍ਰੂਫ ਜੈਕਟਾਂ ਦਿੱਤੀਆਂ ਜਾਣ ਤਾਂ 2 ਲੱਖ ਦੀ ਕਿਉਂਕਿ ਇਸ ਦੇ ਵਿੱਚ ਕੋਈ ਮਾੜੀ ਕੁਆਲਿਟੀ ਦੀ ਜੈਕਟ ਦਿੱਤੀ ਜਾਏਗੀ ਕਿਉਂਕਿ ਆਖਰਕਾਰ ਜੈਕਟ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਉਸ ਦੀ ਜਾਨ ਬਚ ਜਾਵੇ ਉਸ ਦੇ ਉੱਤੇ ਜੇਕਰ ਹਮਲਾ ਹੁੰਦਾ ਹੈ ਤੁਸੀਂ ਜਾਨ ਬਚਣੀ ਚਾਹੀਦੀ ਹੈ ਜੇਕਰ ਆਪਾਂ ਮੋਟੇ ਤਾਰ ਦੇ ਉੱਤੇ 2 ਲੱਖ ਰੁਪਏ ਵੀ ਕੀਮਤ ਮੰਨ ਕੇ ਚੱਲੀਏ ਤਾਂ 10 ਲੀਡਰਾਂ ਨੂੰ ਵੀ ਬੁਲੇਟ ਪ੍ਰੂਫ ਜੈਕਟਾਂ ਮੁਹੱਈਆ ਸਰਕਾਰੀ ਤੌਰ ਤੇ ਕਰਵਾਈਆਂ ਜਾਣ ਤਾਂ ਸਿੱਧਾ ਹੀ 20 ਲੱਖ ਰੁਪਇਆ ਖਰਚਾ ਜਿਹੜਾ ਉਹ ਇੱਕ ਵਾਰੀ ਦਾ ਆ ਗਿਆ ਬੁਲੇਟ ਪ੍ਰੂਫ ਜੈਕਟ ਦੇ ਉੱਤੇ ਉਸ ਤੋਂ ਬਾਅਦ ਜਿਹੜੇ ਨਾਲ ਚੱਲਦੇ ਗਨਮੈਨ ਨੇ ਉਹਨਾਂ ਨੂੰ ਵੀ ਸਰਕਾਰੀ ਖਜ਼ਾਨੇ 'ਚ ਤਨਖਾਹਾਂ ਜਾਂਦੀਆਂ ਨੇ ਤਾਂ ਇੱਕ ਮੋٹے ਅਨੁਮਾਨ ਦੇ ਤੌਰ ਦੇ ਉੱਤੇ ਸਾਲਾਨਾ ਖਰਚਾ ਜਿਹੜਾ ਇਹਨਾਂ ਤਕਰੀਬਨ 30 ਜਥੇਬੰਦੀਆਂ ਦੇ ਆਗੂਆਂ ਦੀ ਸੁਰੱਖਿਆ ਦੇ ਲਈ 60 ਕਰੋੜ ਰੁਪਏ ਦਾ ਆਉਂਦਾ ਹੈ 60 ਕਰੋੜ ਰੁਪਏ ਦਾ ਖਰਚਾ ਸਰਕਾਰ ਦੇ ਖਜ਼ਾਨੇ ਵਿੱਚੋਂ ਜਾਂਦਾ ਹੈ ਹਰ ਸਾਲ ਇਹ ਤਾਂ ਇੱਕ ਮੋਟਾ ਜਿਹਾ ਅਨੁਮਾਨ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਖਰਚੇ ਹੋਣਗੇ ਜਿਨ੍ਹਾਂ ਦਾ ਅਨੁਮਾਨ ਜੇਕਰ ਜੋੜ ਜਾਈਏ ਤਾਂ ਇਹ ਰਕਮ ਹੈ ਜਿਹੜੀ ਇੱਕ ਕੀਮਤ ਹੈ ਉਹ ਹੋਰ ਵੀ ਵੱਧ ਜਾਵੇਗੀ ਇਹ ਬੋਝ ਪਾਉਣ ਦਾ ਜਿਹੜਾ ਭਾਰ ਹੈ ਉਹ ਹੋਰ ਵੀ ਵੱਧ ਸਕਦਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਜਿਹੜਾ ਸ਼ਿਵ ਸੈਨਾ ਸੰਗਠਨ ਬਣਾਏ ਗਏ ਨੇ ਇਹਨਾਂ ਦਾ ਮਕਸਦ ਕੀ ਹੈ ਕਿ ਸਮਾਜ ਦੀ ਭਲਾਈ ਦੇ ਲਈ ਕੋਈ ਸਨੇਹਾ ਦਿੰਦੇ ਨੇ ਕੋਈ ਸਮਾਜਿਕ ਕੰਮ ਕਾਜ ਐਸਾ ਕਰਦੇ ਨੇ ਜਿਸ ਦੇ ਨਾਲ ਸਨੇਹਾ ਚੰਗਾ ਜਾਂਦਾ ਹੈ ਲੋਕਾਂ ਦੇ ਵਿੱਚ ਏਕਤਾ ਬਣਦੀ ਹੈ ਕਿਉਂਕਿ ਧਰਮ ਦੇ ਨਾਂ ਦੇ ਉੱਤੇ ਬਣਾਈਆਂ ਗਈਆਂ ਜਿਹੜੀਆਂ ਦੁਕਾਨਾਂ ਨੇ ਉਹ ਤੋੜਨ ਦਾ ਕੰਮ ਕਰ ਰਹੀਆਂ ਨੇ ਬਜਾਏ ਧਰਮਤਾਏ ਕਹਿੰਦਾ ਕਿ ਜੋੜਨਾ ਚਾਹੀਦਾ ਪਰ ਧਰਮ ਦੇ ਉੱਤੇ ਚੱਲਣ ਦੀ ਬਜਾਏ ਜਿਹੜੀ ਫੁੱਟ ਪਾਉਣ ਦੀ ਰਾਜਨੀਤੀ ਹੈ ਇਹ ਕਿਵੇਂ ਜਨਮ ਲੈਂਦੀ ਹੈ ਇਸ ਨੂੰ ਪਣਪਣ ਕੌਣ ਦਿੰਦਾ ਹੈ ਇਸ ਨੂੰ ਉਪਜਣ ਕੌਣ ਦਿੰਦਾ ਹੈ ਵਦਨ ਫੁਲਣ ਕੌਣ ਦਿੰਦਾ ਹੈ ਵਦਨ ਫੁਲਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਉੱਤੇ ਸਵਾਲ ਕਿਉਂ ਨਹੀਂ ਚੁੱਕਿਆ ਜਾਂਦਾ ਬਹੁਤ ਵਾਰੀ ਇਹ ਹੁੰਦਾ ਹੈ ਕਿ ਕੋਈ ਘਟਨਾ ਵਾਪਰੀ ਉਸ ਦੇ ਉੱਤੇ 10 ਦਿਨ ਹਫਤਾ 15 ਦਿਨ ਵੱਧ ਤੋਂ ਵੱਧ 1 ਮਹੀਨਾ ਚਰਚਾ ਚੱਲਦੀ ਹੈ ਫਿਰ ਉਹ ਜਿਹੜਾ ਮਸਲਾ ਹੈ ਉਹ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ ਫਿਰ ਅਗਲਾ ਮਸਲਾ ਖੜਾ ਹੋ ਜਾਂਦਾ ਫਿਰ ਉਸ ਦੇ ਉੱਤੇ ਚਰਚਾ ਪਰ ਹਰ ਵਾਰ ਦੀ ਤਰ੍ਹਾਂ ਹਰੇਕ ਘਟਨਾ ਦੇ ਵਿੱਚ ਇੱਕ ਸਾਂਝੀ ਚੀਜ਼ ਜ਼ਰੂਰ ਹੈ ਉਹ ਇਹ ਹੈ ਕਿ ਇਹਨਾਂ ਮਸਲਿਆਂ ਦੇ ਪਿੱਛੇ ਖੜਾ ਕੌਣ ਹੈ ਮਸਲੇ ਖੜੇ ਕਰਨ ਵਾਲੇ ਚਰਚਾ ਇਧਰ ਨੂੰ ਤੋਰ ਦਿੰਦੇ ਨੇ ਪਰ ਅਸਲ ਮੁੱਦਿਆਂ ਦੇ ਉੱਤੋਂ ਧਿਆਨ ਹੈ ਜਿਹੜਾ ਪਟਕਾ ਦਿੱਤਾ ਜਾਂਦਾ ਚਾਹੇ ਉਹ ਕਿਸੇ ਵੀ ਫਿਰਕੇ ਦੇ ਨਾਲ ਸਬੰਧਤ ਜਥੇਬੰਦੀ ਹੋਵੇ ਜੇਕਰ ਉਹ ਢੜਕਾਉ ਗੱਲ ਕਰਦੀ ਹੈ ਤਤੀ ਗੱਲ ਕਰਦੀ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਖਲਬਲੀ ਪੈਦਾ ਹੋ ਸਕਦੀ ਹੈ ਭਾਈਚਾਰਕ ਸਾਂਝਾਂ ਨੇ ਜਿਹੜੀਆਂ ਟੁੱਟ ਸਕਦੀਆਂ ਨੇ ਜਿਨ੍ਹਾਂ ਨੂੰ ਬਣਨ ਦੇ ਲਈ ਸਦੀਆਂ ਵੀ ਲੱਗ ਜਾਂਦੀਆਂ ਨੇ ਪਰ ਟੁੱਟਣ ਦੇ ਲਈ ਇੱਕ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਤਕਨੀਕ ਦੇ ਜ਼ਮਾਨੇ ਦੇ ਵਿੱਚ ਸਿਰਫ ਇੱਕੋ ਚੀਜ਼ ਵਾਇਰਲ ਕੀਤੀ ਜਾਂਦੀ ਹੈ ਅਫਵਾਹ ਫਲਾਈ ਜਾਂਦੀ ਹੈ ਜਿਸ ਦੇ ਆਧਾਰ ਦੇ ਉੱਤੇ ਚਾਹੇ ਉਹ ਜਿਹੜੀ ਗੱਲ ਹੈ ਭਾਵੇਂ ਉਹ ਕਿਸੇ ਵੀ ਇੱਕ ਫਿਰਕੇ ਦੇ ਵੱਲੋਂ ਕਿਉਂਕਿ ਵੱਡੀ ਗਿਣਤੀ ਦੇ ਫਿਰਕੇ ਨੇ ਜਿਹੜੇ ਉਹ ਛੋਟੀ ਗਿਣਤੀਆਂ ਦੇ ਫਿਰਕਿਆਂ ਨਾਲ ਜ਼ਿਆਦਾ ਧੱਕਾ ਕਰਦੇ ਨੇ ਚਾਹੇ ਉਹ ਕਿਸੇ ਇੱਕ ਖੇਤੇ ਦੇ ਵਿੱਚ ਦੂਜਾ ਫਿਰਕਾ ਹੋ ਸਕਦਾ ਹੈ ਉਹੀ ਖੇਤਾ ਘੱਟ ਗਿਣਤੀ ਦਾ ਕਿਸੇ ਦੂਜੇ ਖੇਤੇ ਦੇ ਵਿੱਚ ਹੋ ਸਕਦਾ ਤਾਂ ਇਸ ਤਰ੍ਹਾਂ ਮੌਬ ਲਿੰਚਿੰਗ ਦੀਆਂ ਘਟਨਾਵਾਂ ਵਿਦੇਸ਼ ਦੇ ਵਿੱਚ ਅਣਗਿਣਤ ਵਾਪਰੀਆਂ ਕਿਵੇਂ ਇੱਕ ਮਾਸ ਦਾ ਟੁਕੜਾ ਦੇਖ ਕੇ ਕਤਲ ਤੱਕ ਹੁੰਦੇ ਰਹੇ ਨੇ ਟ੍ਰੇਨ ਦੇ ਵਿੱਚ ਬੱਸਾਂ ਗੱਡੀਆਂ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ ਨੇ ਤਾਂ ਇਸੇ ਤਰ੍ਹਾਂ ਗਉ ਹੱਤਿਆ ਦੇ ਨਾਂ ਦੇ ਉੱਤੇ ਵੀ ਗਉ ਦੇ ਨਾਮ ਦੇ ਉੱਤੇ ਵੀ ਜਿਹੜੀ ਹੱਤਿਆ ਕੀਤੀ ਜਾਂਦੀ ਹੈ ਉਹ ਵੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿرائی ਜਾ ਸਕਦੀ ਕੋਈ ਵੀ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਕਾਨੂੰਨ ਆਪਣੇ ਪੱਧਰ ਦੇ ਉੱਤੇ ਕੰਮ ਕਰਦਾ ਜੇ ਇਸ ਕਰ ਸਰਕਾਰੀ ਢਾਂਚਾ ਸਰਕਾਰੀ ਸਿਸਟਮ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਫਿਰ ਲੋੜ ਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਫਿਰ ਲੋੜ ਕੀ ਹੈ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਕਰਨ ਦੀ ਚਾਹੇ ਉਹ ਸਿੱਖ ਧਰਮ ਹੋਵੇ ਚਾਹੇ Hindu ਧਰਮ ਹੋਵੇ ਬੁੱਧ ਧਰਮ ਹੋਵੇ ਮੁਸਲਿਮ ਧਰਮ ਹੋਵੇ ਜਾਂ ਫਿਰ ਇਸਾਈ ਧਰਮ ਹੋਵੇ ਕਿਸੇ ਵੀ ਧਰਮ ਨੂੰ ਲੈ ਲਓ ਕਿਸੇ ਦੇ ਵਿੱਚ ਵੀ ਫਿਰਕਾ ਪ੍ਰਸਤੀ ਦੀ ਜਿਹੜੀ ਅੱਗ ਜੇਕਰ ਫੈਲੇਗੀ ਤੇ ਉਹ ਦੂਜਿਆਂ ਦਾ ਵੀ ਨੁਕਸਾਨ ਕਰੇਗੀ ਪਰ ਆਪਣਾ ਪਹਿਲਾਂ ਨੁਕਸਾਨ ਕਰੇਗੀ ਚਾਹੇ ਇੱਕ ਤਾਜ਼ੀ ਉਦਾਹਰਣ ਤਾਜ਼ਾ ਘਟਨਾਕਰਮ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਲੈ ਲਈਏ ਉਸ ਦੇ ਵਿੱਚ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਇਸ ਲਾਂਬੂ ਦੇ ਵਿੱਚ ਫੂਕੀਆਂ ਗਈਆਂ ਜਿਸ ਨੇ ਕਤਲ ਕੀਤਾ ਕਤਲ ਕਰਨ ਦੇ ਕਾਰਨ ਕੋਈ ਵੀ ਪੈਦਾ ਹੋਏ ਹੋਣ ਕਿਸ ਤਰੀਕੇ ਨਾਲ ਉਸ ਦਾ ਦਿਮਾਗ ਕਤਲ ਕਰਨ ਲਈ ਤਿਆਰ ਹੋਇਆ ਹੋਵੇ ਉਸ ਨੂੰ ਵੀ ਸਮਾਂ ਲੱਗਿਆ ਹੋਵੇਗਾ ਪਰ ਉਸ ਦਾ ਪਰਿਵਾਰ ਵੀ ਹੁਣ ਵਿਲਕੇਗਾ ਕੁਰਲਾਵੇਗਾ ਦੂਜੇ ਪਾਸੇ ਜਿਹੜਾ ਸੁਧੀਰ ਸੂਰੀ ਹੈ ਜਿਸ ਨੂੰ ਮਾਰ ਦਿੱਤਾ ਗਿਆ ਉਸ ਦਾ ਪਰਿਵਾਰ ਵੀ ਪੀੜਤ ਹੋ ਗਿਆ ਚਾਹੇ ਜਦੋਂ ਭੜਕਾਓ ਪਾਸ਼ਣ ਦਿੱਤੇ ਜਾ ਰਹੇ ਸੀ ਅਜਿਹੇ ਅਖੌਤੀ ਲੀਡਰਾਂ ਦੇ ਵੱਲੋਂ ਅਜਿਹੇ ਵਿਵਾਦਿਤ ਚਿਹਰਿਆਂ ਦੇ ਵੱਲੋਂ ਉਦੋਂ ਕੌਣ ਕਿਸੇ ਦੇ ਹੱਕ ਵਿੱਚ ਬੋਲਦਾ ਕੌਣ ਕਿਸ ਦੇ ਹੱਕ ਵਿੱਚ ਖੜਦਾ ਹੈ ਸਵਾਲ ਉਦੋਂ ਪੈਦਾ ਹੁੰਦਾ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਫਿਰ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਜਦੋਂ ਲੰਘ ਕੇ ਸੱਪ ਦੀ ਡੰਡੀ ਦੇ ਉੱਤੇ ਸੋਟੀਆਂ ਮਾਰਦਾ ਹੈ ਤੇ ਉਸ ਨਾਲ ਸੱਪ ਨਹੀਂ ਮਰਦਾ ਉਸ ਤੋਂ ਪਹਿਲਾਂ ਲੋੜ ਹੁੰਦੀ ਹੈ ਕਿ ਉਸ ਨੂੰ ਕਾਬੂ ਕਿਵੇਂ ਕਰਨਾ ਹੈ ਉਸ ਤੋਂ ਪਹਿਲਾਂ ਜਿਹੜੀ ਵਜਾਈ ਜਾਣ ਵਾਲੀ ਬੀਨ ਉਹ ਕੰਮ ਨਹੀਂ ਕਰ ਰਹੀ ਜਿਸ ਦੇ ਕਰਕੇ ਗੜਬੜ ਹੈ ਜਿਹੜੀ ਹੋਰ ਜ਼ਿਆਦਾ ਪੈਦਾ ਹੋ ਰਹੀ ਹੈ ਤਾਂ ਹੁਣ ਇਸ ਸਿਕਿਉਰਿਟੀ ਦੇ ਮਸਲੇ ਦੇ ਉੱਤੇ ਅਸੀਂ ਹੋਰ ਤੁਹਾਡੇ ਨਾਲ ਡਾਟਾ ਸਾਂਝਾ ਕਰ ਦਿੰਦੇ ਹਾਂ ਕਿ ਆਖਰਕਾਰ ਇਹਨਾਂ ਲੀਡਰਾਂ ਨੂੰ ਖਤਰਾ ਕਿਸ ਤੋਂ ਹੈ ਖਤਰਾ ਤਾਂ ਇਹਨਾਂ ਤੋਂ ਜਿਨ੍ਹਾਂ ਦੇ ਕਹੇ ਦੇ ਉੱਤੇ ਚੱਲਦੇ ਨੇ ਉਹਨਾਂ ਤੋਂ ਹੋਣਾ ਚਾਹੀਦਾ ਜਾਂ ਤਾਂ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਾਂ ਫਿਰ ਜਾਣ ਬੁੱਝ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਧਰਮ ਦੇ ਨਾਮ ਦੇ ਉੱਤੇ ਲੜਾਇਆ ਜਾ ਰਿਹਾ ਹੈ ਆਮ ਲੋਕ ਕਦੇ ਵੀ ਕਿੱਥੇ ਵੀ ਚਾਹੇ ਉਸਮਾਨ ਖਰੀਦਣ ਚਾਹੇ ਉਸ ਸਫਰ ਕਰਨ ਚਾਹੇ ਉੱਠਣ ਬੈਠਣ ਕਿਸੇ ਨੂੰ ਵੀ ਉਹ ਪਹਿਲਾਂ ਧਰਮ ਨਹੀਂ ਪੁੱਛਦੇ ਕਿ ਤੇਰਾ ਧਰਮ ਕੀ ਹੈ ਪਹਿਲਾਂ ਵਰਤਦੇ ਨੇ ਪਹਿਲਾਂ ਆਪਣੀਆਂ ਸਹੂਲਤਾਂ ਦੇ ਲਈ ਇੱਕ ਦੂਜੇ ਦਾ ਸਹਿਯੋਗ ਦਿੰਦੇ ਨੇ ਕਿਉਂਕਿ ਸੋਸਾਇਟੀ ਹੈ ਸਮਾਜ ਹੈ ਉਸ ਤੋਂ ਬਾਅਦ ਜੇਕਰ ਕਿਤੇ ਕੋਈ ਲੋੜ ਪਵੇ ਤਾਂ ਚਰਚਾ ਚੱਲਦੀ ਹੈ ਕਿ ਤੁਸੀਂ ਕਿਹੜੇ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਉਹ ਵੀ ਇਸ ਤਰ੍ਹਾਂ ਦਿਮਾਗਾਂ ਦੇ ਵਿੱਚ ਜਿਹੜੀ ਹੈ ਭਰੀ ਗਈ ਇੱਕ ਰੀਲ ਜਿਸ ਦੇ ਕਰਕੇ ਉਹਨਾਂ ਨੂੰ ਵਾਰ-ਵਾਰ ਗੱਲ ਕਰਨੀ ਪੈਂਦੀ ਹੈ ਚਾਹੇ ਕਿ ਵੀ ਹਾਲੇ ਇਹ ਗੱਲ ਨਹੀਂ ਕੱਢੀ ਜਾ ਸਕਦੀ ਜਿਹੜਾ ਇੰਨੀਆਂ ਮਜ਼ਬੂਤ ਕਰ ਦਿੱਤੀਆਂ ਗਈਆਂ ਨੇ ਪਰ ਇਹਨਾਂ ਜਿਹੜਾ ਮਜ਼ਬੂਤ ਹੋਣ ਦੇ ਬਾਵਜੂਦ ਵੀ ਅਸੀਂ ਭਾਈਚਾਰਕ ਸਾਂਝ ਕਿਵੇਂ ਕਾਇਮ ਕਰ ਸਕਦੇ ਹਾਂ ਇਸ ਦੇ ਉੱਤੇ ਵੀ ਗੱਲ ਨਾਲੋਂ ਨਾਲ ਚਲਦੀ ਰਹਿਣੀ ਚਾਹੀਦੀ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ 30 ਤੋਂ ਬਾਅਦ ਸ਼ਿਵ ਸੇਨਾ ਦੇ ਸੰਗਠਨ ਨੇ ਪੰਜਾਬ ਦੇ ਅੰਦਰ ਇਹਨਾਂ ਨੂੰ ਫੂਕ ਕੌਣ ਦਿੰਦਾ ਹੈ ਇਹਨਾਂ ਦਾ ਖਰਚਾ ਪਾਣੀ ਦਾਣਾ ਪਾਣੀ ਇਹਨਾਂ ਦੇ ਕੋਲ ਵੱਡੀਆਂ-ਵੱਡੀਆਂ ਕੋਠੀਆਂ ਇਹਨਾਂ ਦੀ ਜਾਇਦਾਦ ਕਿਵੇਂ ਬਣੀ ਇਸ ਦੇ ਵੇਰਵੇ ਕੀ ਹੁਣ ਤੱਕ ਇਕੱਠੇ ਕਰ ਲਏ ਗਏ ਨੇ ਜੇਕਰ ਇਕੱਠੇ ਨਹੀਂ ਕੀਤੇ ਗਏ ਤਾਂ ਫਿਰ ਇਹਨਾਂ ਨੂੰ ਜਿਹੜੀਆਂ ਸਰਕਾਰੀ ਪਦਰ ਦੇ ਉੱਤੇ ਸਿਕਿਉਰਟੀਆਂ ਦਿੱਤੀਆਂ ਗਈਆਂ ਨੇ ਸੁਰੱਖਿਆ ਦਿੱਤੀ ਗਈ ਹੈ ਹਾਲਾਂਕਿ ਇੱਥੇ ਸੁਰੱਖਿਆ ਦਾ ਕਿਸੇ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਹਰੇਕ ਆਮ ਬੰਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਦੇਸ਼ ਦੇ ਵਿੱਚ ਜਿਹੜਾ ਵੀ ਨਾਗਰਿਕ ਹੈ ਉਸ ਦੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ ਪਰ ਸੁਰੱਖਿਆ ਉਹਨਾਂ ਦੀ ਕਿੱਥੇ ਜਿਹੜੇ ਦੇਸ਼ ਨੂੰ ਸਮਾਜ ਨੂੰ ਬਣਾਉਣ ਦੇ ਵਿੱਚ ਹਿੱਸਾ ਪਾਉਂਦੇ ਨੇ ਉਹ ਤਾਂ ਵਿਲਕਦੇ ਨੇ ਉਹ ਭੁੱਖ ਨਾਲ ਮਰਦੇ ਨੇ ਸੜਕਾਂ ਦੇ ਉੱਤੇ ਰਹਿਣ ਲਈ ਮਜਬੂਰ ਨੇ ਪੱਕੀ ਛੱਤ ਤੱਕ ਨਹੀਂ ਹੈ ਬੱਚੇ ਚੰਗੇ ਸਕੂਲਾਂ ਵਿੱਚ ਚੰਗੀ ਸਿੱਖਿਆ ਨਹੀਂ ਪ੍ਰਾਪਤ ਕਰ ਸਕਦੇ ਜਦੋਂ ਉਹਨਾਂ ਨੂੰ ਰੋਜ਼ਗਾਰ ਮਿਲਣਾ ਹੁੰਦਾ ਤੇ ਧੱਕੇ ਪੈਂਦੇ ਨੇ ਥਾਂ-ਥਾਂ ਦੇ ਉੱਤੇ ਜਿੱਥੇ ਮਿਲ ਵੀ ਜਾਵੇ ਤੇ ਉਹਨਾਂ ਦਾ ਉਹਨਾਂ ਗੈਰ ਸਰਕਾਰੀ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ੋਸ਼ਣ ਇੰਨਾ ਜ਼ਿਆਦਾ ਹੁੰਦਾ ਹੈ ਕਿ ਜਿਸ ਦੇ ਲਈ ਉਹ ਹਮੇਸ਼ਾ ਵੱਜੇ ਰਹਿੰਦੇ ਨੇ ਘੁੱਟਵੇਂ ਰਹਿੰਦੇ ਨੇ ਤਾਂ ਇਹਨਾਂ ਸਾਰੀਆਂ ਪੀੜਾ ਤੋਂ ਨਜਾਤ ਦਿਵਾਉਣ ਦੇ ਲਈ ਇਹਨਾਂ ਤੋਂ ਰਾਹਤ ਦਿਵਾਉਣ ਦੇ ਲਈ ਜਿਹੜੇ ਕਦਮ ਪੁੱਟਨੇ ਚਾਹੀਦੇ ਨੇ ਸਮੇਂ ਦੀਆਂ ਸਰਕਾਰਾਂ ਨੂੰ ਜਾ ਪ੍ਰਸ਼ਾਸਨ ਨੂੰ ਉਹ ਤਾਂ ਨਹੀਂ ਪੁੱਟੇ ਜਾਂਦੇ ਪਰ ਇਹਨਾਂ ਦੇ ਲਈ ਪਹਿਲ ਦੇ ਆਧਾਰ ਦੇ ਉੱਤੇ ਪ੍ਰਬੰਧ ਕੀਤੇ ਜਾਂਦੇ ਨੇ 60 ਕਰੋੜ ਦਾ ਪਿਆਰ ਸਾਲਾਨਾ ਖਰਚਾ ਪੰਜਾਬ ਦੇ ਬੋਝ ਜਿਹੜੇ ਖਜ਼ਾਨੇ ਦੇ ਉੱਤੇ ਬੋਝ ਪਾਵੇਗਾ ਉਹ ਇੱਕ ਵੱਖਰੀ ਗੱਲ ਹੈ ਪਰ ਇਸ ਦੇ ਨਾਲ ਜਿਹੜੀ ਇੱਕ ਬੁਲੇਟ ਪ੍ਰੂਫ ਜੈਕਟ ਦਿੱਤੀ ਗਈ ਹੈ ਉਸ ਦਾ ਖਰਚਾ ਅਲੱਗ ਹੈ ਜਿਸ ਦੀ ਕੀਮਤ 30000 ਤੋਂ ਲੈ ਕੇ 2 ਲੱਖ ਰੁਪਏ ਤੱਕ ਹੈ ਤੇ ਆਮ ਤੌਰ ਦੇ ਉੱਤੇ ਜੈਕਟ ਜਦੋਂ ਦਿੱਤੀ ਜਾਏਗੀ ਜਾਨ ਬਚਾਉਣ ਦੇ ਲਈ ਤੇ ਉਸ ਦੀ ਸੁਭਾਵਿਕ ਹੈ ਕਿ ਉਹ ਵੱਧ ਕੀਮਤ ਵਾਲੀ ਹੀ ਦਿੱਤੀ ਜਾਵੇ ਕਿ ਤਾਂ ਕਿ ਜਦੋਂ ਵੀ ਕੋਈ ਉਸ ਦੇ ਉੱਤੇ ਹਮਲਾ ਹੋਵੇ ਜਾਂ ਨਾ ਹੋਵੇ ਇਹ ਹਮਲੇ ਤੋਂ ਬਚਣ ਦੇ ਲਈ ਇੱਕ ਚੰਗੀ ਕੁਆਲਿਟੀ ਦੀ ਜੈਕਟ ਹੈ ਜਿਹੜੀ ਉਹ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ। ਉਹਨਾਂ ਦੀਆਂ ਨਾਲ ਚੱਲਣ ਵਾਲੀਆਂ ਗੱਡੀਆਂ ਦੇ ਕਾਫਲਿਆਂ ਦਾ ਖਰਚਾ, ਤੇਲ ਪਾਣੀ ਦਾ ਖਰਚਾ, ਉਹਨਾਂ ਗਨਮੈਨਾਂ ਦਾ ਖਰਚਾ, ਉਹ ਸਾਰੇ ਕਿੱਥੋਂ ਖਰਚੇ ਨਿਕਲ ਰਹੇ ਨੇ? ਉਹ ਕਿੰਨਾਂ ਲੋਕਾਂ ਦੇ ਲਈ ਕੰਮ ਕਰ ਰਹੇ ਨੇ? ਕੰਮ ਤਾਂ ਉਹ ਕਰਦੇ ਨੇ ਅੱਗ ਲਾਉਣ ਵਾਲਾ, ਗੰਦ ਪਾਉਣ ਵਾਲਾ, ਢੜਕਾਉ ਪਰ ਉਹਨਾਂ ਨੂੰ ਸਿਕਿਉਰਿਟੀ ਉਹਨਾਂ ਲੋਕਾਂ ਦੀ ਕੀਤੀ ਮਿਹਨਤ ਕਮਾਈ ਦੇ ਟੈਕਸ ਦੇ ਪੈਸਿਆਂ ਵਿੱਚੋਂ ਜੇ ਕਰ ਦਿੱਤੀ ਜਾਵੇਗੀ ਤੇ ਕਿਥੋਂ ਦਾ ਇਨਸਾਫ ਹੈ ਇਹ ਇਕੱਲੀ ਗੱਲ ਉਹਨਾਂ ਖਾਤੀ ਲੀਡਰਾਂ ਤੇ ਨਹੀਂ ਟੁੱਕਦੀ ਜਿਹੜੇ ਇਸ ਪ੍ਰਬੰਧ ਨੂੰ ਚਲਾ ਰਹੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਆਖਰਕਾਰ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਿਉਂ ਨੇ ਜਿਨ੍ਹਾਂ ਨੂੰ ਸੁਰੱਖਿਆ ਦੇਣੀ ਹੈ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ ਤੇ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ ਆਪ ਹੀ ਉਹ ਮੌਤ ਨੂੰ ਆਵਾਜ਼ਾਂ ਮਾਰਦੇ ਨੇ ਉਹਨਾਂ ਨੂੰ ਫਿਰ ਸੁਰੱਖਿਆ ਪਹਿਲ ਦੇ ਆਧਾਰ ਤੇ ਕਿਉਂ ਤਾਂ ਇਹ ਸਾਰੀਆਂ ਗੱਲਾਂ ਤੋਂ ਸਬਕ ਕੀ ਲਿਆ ਜਾਂਦਾ ਹੈ ਜਿਹੜੇ ਇਹ ਖਾਤੀ ਲੀਡਰ ਨੇ ਜਿਹੜੇ ਬਕਵਾਸ ਕਰਦੇ ਨੇ ਚਾਹੇ ਉਹ ਕਿਸੇ ਪਲੇਟਫਾਰਮ ਤੇ ਕਰਦੇ ਹੋਣ ਚਾਹੇ ਕਿਸੇ ਸੜਕ ਤੇ ਖੜਕੇ ਕਰਦੇ ਹੋਣ ਚਾਹੇ ਕਿਤੇ ਵੀ ਦੇਸ਼ ਦੇ ਕੋਨੇ ਵਿੱਚ ਦੁਨੀਆ ਦੇ ਕੋਨੇ ਵਿੱਚ ਕਰਦੇ ਹੋਣ ਇਸ ਤਰ੍ਹਾਂ ਦੀ ਬਕਵਾਸ ਨੂੰ ਰੋਕਣ ਦੇ ਲਈ ਕਾਨੂੰਨੀ ਪੱਧਰ ਦੇ ਉੱਤੇ ਜਿੰਨੀ ਛੇਤੀ ਹੋ ਸਕਦਾ ਹੈ ਕਾਰਵਾਈਆਂ ਨੂੰ ਜਿਹੜਾ ਲਾਗੂ ਕਰਨਾ ਚਾਹੀਦਾ ਹੈ ਅਮਲੀ ਰੂਪ ਪਹਨਾਉਣਾ ਚਾਹੀਦਾ ਹੈ ਨਾ ਕਿ ਸਿਰਫ ਕਾਗਜ਼ਾਂ ਦੇ ਵਿੱਚ ਖਾਨਾ ਪੂਰਤੀ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਅੰਸਣਾ ਨੂੰ ਸਮਾਜ ਦੇ ਵਿੱਚ ਖੁੱਲੇ-ਆਮ ਸ਼ਰە-ਆਮ ਘੁੰਮਣ ਦੇਣਾ ਚਾਹੀਦਾ ਤੇ ਆਮ ਲੋਕਾਂ ਦਾ ਇੱਕੋ ਹੀ ਸਵਾਲ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਆਖਰਕਾਰ ਇਹਨਾਂ ਲੀਡਰਾਂ ਦੀ ਸੁਰੱਖਿਆ ਦਾ ਤੁਹਾਨੂੰ ਬਹੁਤ ਖਿਆਲ ਹੈ ਪਰ ਜਿਹੜੇ ਲੋਕ ਇਸ ਸੁਸਾਇਟੀ ਨੂੰ ਇਸ ਸਮਾਜ ਨੂੰ ਚਲਾਉਂਦੇ ਨੇ ਜਿਹੜੀਆਂ ਤੁਹਾਡੀਆਂ ਵੀ ਤਨਖਾਹਾਂ ਕੱਢਦੇ ਨੇ ਆਪਣੇ ਟੈਕਸ ਦੇ ਵਿੱਚੋਂ ਕਿਉਂਕਿ ਜਿਹੜੀਆਂ ਸਰਕਾਰ ਨੂੰ ਜਾਂ ਮੰਤਰੀਆਂ ਨੂੰ ਮੰਤਰੀਆਂ ਦੀਆਂ ਗੱਡੀਆਂ ਨੂੰ ਉਹਨਾਂ ਦੇ ਤੇਲ ਪਾਣੀ ਦੇ ਖਰਚੇ ਇੱਥੋਂ ਤੱਕ ਕਿ ਸਾਰੇ ਪ੍ਰਬੰਧ ਨੂੰ ਚਲਾਉਣਾ ਆਮ ਲੋਕਾਂ ਦੇ ਉੱਤੇ ਬੋਝ ਪੈਂਦਾ ਤਾਂ ਉਹਨਾਂ ਆਮ ਲੋਕਾਂ ਨੂੰ ਸੁਰੱਖਿਆ ਕਦੋਂ ਮਿਲੇਗੀ ਇਸ ਸੁਰੱਖਿਆ ਦੇ ਨਾਂ ਦੇ ਉੱਤੇ ਕਰੋੜਾ ਰੁਪਏ ਕੀਤਾ ਜਾ ਰਿਹਾ ਖਰਚ ਪੰਜਾਬ ਨੂੰ ਕਿੱਧਰ ਲੈ ਜਾਵੇਗਾ ਪੰਜਾਬ ਦੇ ਵਿੱਚ ਖਰਾਬ ਕੀਤਾ ਜਾ ਰਿਹਾ ਮਾਹੌਲ ਜੇਕਰ ਸਮੇਂ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਨਾ ਸੰਭਾਲਿਆ ਚਾਹੇ ਉਹ ਸੂਬਾ ਪੱਧਰ ਤੇ ਹੋਵੇ ਚਾਹੇ ਉਹ ਦੇਸ਼ ਪੱਧਰ ਤੇ ਹੋਵੇ ਚਾਹੇ ਵੱਖ-ਵੱਖ ਸੂਬੇ ਦੀਆਂ ਸਰਕਾਰਾਂ ਦਾ ਪ੍ਰਬੰਧ ਕਰਨ ਦੀ ਗੱਲ ਹੋਵੇ ਚਾਹੇ ਕੇਂਦਰ ਸਰਕਾਰ ਦੀ ਗੱਲ ਹੋਵੇ ਇਹਨਾਂ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ ਜੇਕਰ ਜ਼ਿੰਮੇਵਾਰੀ ਨਹੀਂ ਸਮਝਦੇ ਤੇ ਇਹਨਾਂ ਨੂੰ ਚੁੱਪ-ਚਾਪ ਜਨਤਾ ਨੂੰ ਜਵਾਬ ਦੇ ਦੇਣਾ ਚਾਹੀਦਾ ਹੈ ਕਿ ਸਾਡੇ ਵੱਸ ਤੋਂ ਬਾਹਰ ਦੀ ਗੱਲ ਹੈ ਤੁਸੀਂ ਦੱਸੋ ਕਿ ਕਿਵੇਂ ਕਰੀਏ ਹੁਣ ਦੇਖਦੇ ਹਾਂ ਕਿ ਇਹਨਾਂ ਖਾਤੀ ਲੀਡਰਾਂ ਨੂੰ ਦਿੱਤੀ ਜਾ ਰਹੀ ਹੈ ਸੁਰੱਖਿਆ ਜਾਫਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਦੇ ਵਿੱਚੋਂ ਹੀ ਕੋਈ ਗੜਬੜ ਕਰਨ ਦੀ ਫੇਰ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਨੂੰ ਮੂੰਹ ਕਿਵੇਂ ਬੰਦ ਕੀਤਾ ਜਾਂਦਾ ਉਹਨਾਂ ਨੂੰ ਕਿਵੇਂ ਰੋਕਿਆ ਜਾਂਦਾ ਅਸੀਂ ਇਸ ਰਿਪੋਰਟ ਦੇ ਵਿੱਚ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਸੁਰੱਖਿਆ ਦੇ ਨਾਂ ਦੇ ਉੱਤੇ ਕਰੋੜਾ ਰੁਪਏ ਨੇ ਜਿਹੜੇ ਉਡਾਏ ਜਾ ਰਹੇ ਨੇ ਔਰ ਉਹਨਾਂ ਦੇ ਲਈ ਉਡਾਏ ਜਾ ਰਹੇ ਨੇ ਜਿਨ੍ਹਾਂ ਦਾ ਸਮਾਜ ਨੂੰ ਸੁਧਾਰਨ ਦੇ ਵਿੱਚ ਸਮਾਜ ਦਾ ਭਲਾ ਕਰਨ ਦੇ ਵਿੱਚ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਹੈ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਉੱਤੇ ਹੋਰ ਕੀ ਕੀ ਸਾਹਮਣੇ ਨਿਕਲ ਕੇ ਆਉਂਦਾ ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿਹੜੇ ਠੰਡ ਵਰਤੌਣ ਵਾਲੇ ਨੇ ਜਿਹੜੇ ਸ਼ਾਂਤੀ ਬਣਾਉਣ ਵਾਲੇ ਨੇ ਉਹਨਾਂ ਦੇ ਨਾਲ ਵੀ ਰੂਬ ਰੂ ਕਰਾਉਂਦੇ ਰਹੀਏ ਤੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਦੇ ਰਹੀਏ ਤਾਂਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਆਖਰਕਾਰ ਇਹ ਚਾਬੀਆਂ ਭਰੀਆਂ ਕਿਸ ਵੱਲੋਂ ਜਾਂਦੀਆਂ ਨੇ ਤੇ ਇਹਨਾਂ ਚਾਬੀਆਂ ਨੂੰ ਭਰਨ ਦੇ ਲਈ ਰੋਕਿਆ ਕਦੋਂ ਜਾਂਦਾ ਔਰ ਇਸ ਜਿਹੜੀ ਕਰੋੜਾਂ ਦੀ ਦਿੱਤੀ ਜਾ ਰਹੀ ਸੁਰੱਖਿਆ ਇਸ ਦਾ ਖਮਿਆਜਾ ਕੌਣ ਭੁਗਤੇਗਾ ਕੀ ਆਮ ਲੋਕ ਹੀ ਸਾਰੀ ਉਮਰ ਤੜਫਦੇ ਰਹਿਣਗੇ ਭੁਗਤਦੇ ਰਹਿਣਗੇ ਜਾਂ ਫਿਰ ਇਹਨਾਂ ਨੂੰ ਵੀ ਸ਼ੇਕ ਲੱਗੇਗਾ ਕਿਉਂਕਿ ਇੱਕ ਲੱਗਿਆ ਸੇਕ ਆ ਜਿਹੜਾ ਇਸ ਤੋਂ ਵੀ ਸਬਕ ਲੈਣਾ ਚਾਹੀਦਾ ਬਹੁਤ ਸਾਰੇ ਜਹੇ ਲੀਡਰ ਨੇ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੇ ਪਟਿਆਲਾ ਦੀ ਇੱਕ ਹਿੰਸਾ ਉਸ ਦਾ ਵੀ ਜ਼ਿਕਰ ਕਰੀਏ ਤੇ ਉੱਥੇ ਵੀ ਕੋਈ ਘਟ ਨਹੀਂ ਹੋਈ ਉੱਥੇ ਵੀ ਬਹੁਤ ਹੋਰ ਨੁਕਸਾਨ ਹੋ ਸਕਦਾ ਸੀ ਹਾਲਾਂਕਿ ਜਿਨ੍ਹਾਂ ਨੁਕਸਾਨ ਹੋਇਆ ਉਸ ਦੇ ਨਾਲ ਵੀ ਮਾਹੌਲ ਦੇ ਵਿੱਚ ਜਿਹੜਾ ਵਿਗੜ ਜ਼ਰੂਰ ਪਿਆ ਉਸ ਦੇ ਨਾਲ ਵੀ ਸ਼ਾਂਤੀ ਹੈ ਜਿਹੜੀ ਉਹ ਨਹੀਂ ਰਹੀ ਹਾਲਾਂਕਿ ਬਹੁਤ ਸਨੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਜ਼ਰੂਰ ਕੀਤੇ ਜਾਂਦੇ ਨੇ ਕਿ ਅਸੀਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਵਾਂਗੇ ਸਿੱਖਿਆ ਦੇਵਾਂਗੇ ਰੁਜ਼ਗਾਰ ਦੇਵਾਂਗੇ ਹੋਰ ਬਹੁਤ ਕੁਝ ਕਿਹਾ ਜਾਂਦਾ ਹੈ ਜਿਹੜੇ ਤੁਸੀਂ ਸਭ ਜਾਣਦੇ ਹੋ ਪਰ ਜਦੋਂ ਵੋਟਾਂ ਦਾ ਦੌਰ ਖਤਮ ਹੁੰਦਾ ਹੈ ਇਲੈਕਸ਼ਨ ਮੁਕੰਮਲ ਹੋ ਜਾਂਦੇ ਨੇ ਸਰਕਾਰਾਂ ਬਣ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਹੋਰ ਟਕਵੰਜ ਰਚੇ ਜਾਣ ਨੂੰ ਪਹਿਲਤਾ ਦਿੱਤੀ ਜਾਂਦੀ ਹੈ ਪਰ ਲੋਕਾਂ ਦੇ ਉਹ ਸਾਰੇ ਮੁੱਦੇ ਅੱਖੋਂ-ਓਲੇ ਕਰ ਦਿੱਤੇ ਜਾਂਦੇ ਨੇ ਤਾਂ ਇਸ ਤਰ੍ਹਾਂ ਦੇ ਅੰਸਰਾ ਨੂੰ ਆਪਣੀ ਜਫੀ ਦੇ ਵਿੱਚ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਜਾਂਦਾ ਹੈ ਕਿ ਇਹਨਾਂ ਨੂੰ ਤੱਤੀਵਾ ਨਹੀਂ ਲਗਣੀ ਚਾਹੀਦੀ ਤੱਪ ਪਰ ਜਿਹੜੇ ਬਾਕੀ ਲੋਕ ਤੱਤੀਵਾ ਦੇ ਨਾਲ ਝੁਲਸ ਰਹੇ ਨੇ ਉਹਨਾਂ ਨੂੰ ਫਿਰ ਕੌਣ ਬਚਾਵੇਗਾ ਉਹਨਾਂ ਦਾ ਆਸਰਾ ਕੌਣ ਬਣੇਗਾ ਤਾਂ ਇਸ ਮਸਲੇ ਦੇ ਵਿੱਚ ਚਾਹੇ ਉਹ ਖੌਤੀ ਲੀਡਰ ਹੋਣ ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਚਾਹੇ ਆਖੌਤੀ ਸਾਧ ਹੋਣ ਜਾਂ ਫਿਰ ਕੋਈ ਹੋਰ ਮਾੜਿਆ ਅੰਸਰ ਹੋਣ ਚਾਹੇ ਉਹ ਬਦਮਾਸ਼ ਹੋਣ ਗੈਂਗਸਟਰ ਹੋਣ ਇਹਨਾਂ ਸਾਰਿਆਂ ਦਾ ਜਿਹੜਾ ਅੰਤ ਹੈ ਉਹ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਉਸ ਪਾਸਿਓਂ ਹਟਾ ਕੇ ਸਮਾਜ ਦੇ ਵਿੱਚ ਕਿਵੇਂ ਲਿਆਉਣਾ ਚਾਹੀਦਾ ਹੈ ਮੇਨ ਸਟ੍ਰੀਮ ਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਔਰ ਇਹਨਾਂ ਨੂੰ ਚਲਾਉਣ ਵਾਲਿਆਂ ਦਾ ਜਾਲ ਜ਼ਰੂਰ ਟੁੱਟਣਾ ਚਾਹੀਦਾ ਜੇਕਰ ਉਹ ਜਾਲ ਟੁੱਟੇਗਾ ਮੁੱਢ ਦੇ ਉੱਤੇ ਸੱਟ ਵੱਜੇਗੀ ਤਾਂ ਹੀ ਇਹ ਮੁੱਢ ਤੋਂ ਇਹ ਸਮੱਸਿਆ ਖਤਮ ਕੀਤੀ ਜਾ ਸਕਦੀ ਹੈ ਆਦਰਵਾਇਜ਼ ਨਹੀਂ ਤਾਂ ਸਾਰੀ ਦੀ ਸਾਰੀ ਨੀਰੀ ਧਾਰਾ ਜਿਹੜੀ ਉਹ ਸਿਰਫ ਚਰਚਾ ਰਹੇਗੀ ਚਰਚਾ ਕਰਨ ਦੇ ਨਾਲ ਕਿਸੇ ਦਾ ਢਿੱਡ ਵੀ ਹੈ ਜਿਹੜਾ ਉਹ ਪੂਰਾ ਨਹੀਂ ਹੁੰਦਾ ਉਸ ਚਰਚਾ ਤੋਂ ਬਾਅਦ ਜਿਹੜੇ ਨਤੀਜੇ ਦੇ ਵਿੱਚ ਨਤੀਜੇ ਨਿਕਲਦੇ ਨੇ ਕਿ ਸਹੀ ਫੈਸਲਾ ਕੀ ਹੈ ਗਲਤ ਫੈਸਲਾ ਕੀ ਹੈ ਉਸ ਦੀ ਪਛਾਣ ਕਰਕੇ ਜਦੋਂ ਫੈਸਲੇ ਪਹਿਲ ਦੇ ਆਧਾਰ ਤੇ ਲਏ ਜਾਣਗੇ ਤਾਂ ਹੀ ਲੋਕਾਂ ਨੂੰ ਸੁਰੱਖਿਆ ਜਿਹੜੀ ਮੁਹੱਈਆ ਕਰਵਾਈ ਜਾ ਸਕਦੀ ਹੈ